ਤੁਹਾਨੂੰ ਇੱਕ ਬਹੁਤ ਸੋਹਣਾ ਵਿਊ ਦਿਖਾ ਕੇ ਲਿਆਉਂਦੇ ਹਾਂ। ਆਹ ਜੋ ਮਾਰਕੀਟ ਹੈ ਆਹ ਵਾਲੇ, ਇਹਦੇ ਕੋਲ ਦੀ ਉਹ ਬ੍ਰਿਜ ਆਉਂਦਾ, ਇੱਧਰ ਦੀ ਰਾਹ ਵਾ, ਬ੍ਰਿਜ ਕ੍ਰੋਸ ਕਰਕੇ ਸੱਜੇ ਪਾਸੇ ਮੋੜ ਮੋੜ, ਬਹੁਤ ਸੋਹਣਾ ਵਿਊ ਆ। ਅੱਗੇ ਨਦੀਆਂ ਨੇ ਦੋ, ਇੱਕ ਤੇ ਆਹ ਵਾਲੀ ਪਾਰਵਤੀ ਰਿਵਰ, ਇੱਕ ਹੋਰ ਸ਼ਾਂਤੀ ਭਰਿਆ ਮਾਹੌਲ ਆ। ਮਾਰਕੀਟ ਤੋਂ ਲੋਹੇ ਵਾਲਾ ਬ੍ਰਿਜ ਕ੍ਰੋਸ ਕਰਕੇ ਤਾਂ ਉਹ ਪੌਂਦੇ ਨਾਲ ਹੀ ਸੱਜੇ ਪਾਸੇ ਨਾ ਪੌੜੀਆਂ ਚੜ੍ਹਦੀਆਂ ਉੱਪਰ ਨੂੰ। ਵੈਸੇ ਮੋਸਟਲੀ ਕਈਆਂ ਨੂੰ ਪਤਾ, ਕਈਆਂ ਨੂੰ ਨਹੀਂ ਪਤਾ, ਪਰ ਇਹ ਲੋਕੇਸ਼ਨ ਬਹੁਤ ਵਧੀਆ, ਜਿੰਨੇ ਆ ਕੇ ਸ਼ਾਂਤੀ ਦੇ ਮਾਹੌਲ ਦੇ ਵਿੱਚ ਬੈਠਣਾ ਹੋਵੇ। ਵਿਊ ਵੀ ਬਹੁਤ ਸੋਹਣਾ, ਵੈਲੀ ਵੀ ਬਹੁਤ ਸੋਹਣੀ ਹੈ, ਜਿੰਨਾ ਟਾਈਮ ਮਰਜ਼ੀ ਆ ਕੇ ਬੈਠੋ, ਬੰਦਾ ਬੋਰ ਨਹੀਂ ਹੁੰਦਾ। ਜਿਵੇਂ ਇੱਥੇ ਆਹ ਵਾਲੀ ਪਾਰਵਤੀ ਰਿਵਰ ਹੈ, ਠੀਕ ਆ, ਸਾਨੂੰ ਤਾਂ ਘੰਟੇ ਤੋਂ ਜ਼ਿਆਦਾ ਟਾਈਮ ਹੋ ਗਿਆ, ਪੂਰਾ ਇੰਜੋਏ ਆ, ਸ਼ਾਂਤੀ ਭਰਿਆ ਮਾਹੌਲ ਆ, ਨਾਲੇ ਠੰਡੀ ਠੰਡੀ ਹਵਾ, ਵੈਲੀ ਵੀ ਬਹੁਤ ਸੋਹਣੀ ਆ। ਪਹਿਲਾਂ ਹੀ ਉਹ ਉੱਧਰ ਬੈਠੇ ਰਹੇ, ਹੁਣ ਅਸੀਂ ਉੱਪਰ ਆ ਗਏ, ਇੱਧਰ ਇੱਥੋਂ ਹੀ ਨਿਕਲਦਾ ਪਾਣੀ ਇਹਦਾ, ਉੱਪਰੋਂ ਪਹਾੜ ਤੋਂ ਸਾਹਮਣੇ। ਜੇ ਕੋਈ ਆਉਂਦਾ ਇੱਥੇ ਆਓ, ਇੰਜੋਏ ਕਰੋ, ਬੈਠੋ, ਪਰ ਇੱਥੇ ਕੋਈ ਖਾਣ ਪੀਣ ਨੂੰ ਹੈ ਨਹੀਂ, ਜੇ ਕੋਈ ਚਾਹ ਕਾਫੀ ਲੈ ਕੇ ਆਉਣੀ ਨਾਲ ਲੈ ਕੇ ਆਵੇ ਬੰਦਾ। ਅਸੀਂ ਆਹ ਆ ਗਏ, ਇੱਥੋਂ ਆ ਨਦੀ ਆ ਰਹੀ ਆ, ਫਲੋ ਚੈੱਕ ਕਰੋ ਕਿੰਨੀ ਸਪੀਡ 'ਤੇ ਆ। ਆ ਪਿੱਛੋਂ ਦਾ ਇਹਦਾ ਪਾਣੀ ਵਾਹਵਾ ਸੀਗਾ, ਕਾਫੀ ਤੇਜ਼ ਵੀ ਇੱਥੇ ਉਹਨਾਂ ਦਾ ਪਾਣੀ, ਪਤਾ ਨਹੀਂ ਸੁੱਕ ਗਿਆ, ਪਤਾ ਨਹੀਂ ਕਿੱਥੇ ਚਲਾ ਗਿਆ, ਥੋੜ੍ਹਾ ਹੀ ਰਹਿ ਗਿਆ ਇਹਨਾਂ 'ਚ ਜਾਂਦਾ, ਬਾਕੀ ਵੀ ਉਹ ਬਹੁਤ ਸੋਹਣਾ ਸੀ।